ਬੜਾ ਦਿਨ ਖੁਸ਼ੀ ਦਾ ਆ ਕਿ ਸਾਡੇ ਜਿਹੜੇ ਐਮ ਸੀ ਸਾਹਿਬ ਕ੍ਰਿਸ਼ਨ ਲਾਲ ਜੀ, ਇਹਨਾਂ 'ਤੇ ਸ਼ਿਕਾਇਤ ਕਰਕੇ ਇਹਨਾਂ ਨੂੰ ਸਸਪੈਂਡ ਕੀਤਾ ਸੀਗਾ, ਅਤੇ ਅੱਜ ਬੜੀ ਬਾਬਾ ਜੀ ਦੀ ਕਿਰਪਾ ਹੋਈ ਆ, ਜਿਹੜਾ ਨੇਕੀ ਦੀ ਜਿੱਤ ਹੋਈ ਆ, ਬੁਰਿਆਈ ਦੀ ਜਿਹੜੀ ਆ ਉਹ ਹਾਰ ਹੋਈ ਆ, ਅਤੇ ਅੱਜ ਅਸੀਂ ਉਹ ਖੁਸ਼ੀ ਦੇ ਵਿੱਚ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਆਏ ਹਾਂ। ਅਤੇ ਸਾਡੀ ਜਿਹੜੀ ਆ ਜਿੱਤ ਹੋਈ ਆ, ਬਹੁਤ ਵੱਡੀ ਜਿੱਤ ਹੋਈ ਆ, ਅਤੇ ਦੁਸ਼ਮਣਾਂ ਦੇ ਮੂੰਹ 'ਤੇ ਚਪੇੜ ਪਈ ਆ। ਧੰਨਵਾਦ ਬਾਬਾ ਜੀ ਦਾ। ਅਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਪਾਂ ਤਾਂ ਪੱਕੇ ਹੀ ਬੈਠੇ ਹਾਂ, ਬਾਬੇ ਦੀ ਇੰਨੀ ਮਿਹਰ ਆ। ਅੱਜ ਵੀ ਕੀ ਹੋਇਆ ਕਿ ਜਦੋਂ ਅੱਜ 2 ਤਰੀਕਾਂ ਪਹਿਲੇ ਪਈਆਂ, 1 ਤਰੀਕ ਅੱਜ ਪਈ ਸੀ, ਆਪਾਂ ਨਾ ਜਦੋਂ ਫੋਨ ਆਇਆ ਉਸ ਤੋਂ 15 ਮਿੰਟ ਪਹਿਲੇ ਇੱਥੋਂ ਜਾਣ ਡਿਆ ਸੀ, ਅਤੇ ਮੇਰੇ ਹਿਸਾਬ ਦੇ ਨਾਲ ਮੈਂ ਇੱਥੋਂ ਜਾਂਦਾ ਜਾਂਦਾ ਬਾਬਾ ਜੀ ਦੇ ਜਕਾਰੇ ਲਾਉਂਦਾ ਤੱਕ ਥਾਣੇ ਗਿਆ, ਅਤੇ ਮੈਂ ਕਿਹਾ ਬਾਬਾ ਜੀ ਕਿਰਪਾ ਕਰ ਦਿਓ। ਹਜੇ ਥਾਣੇ ਪਹੁੰਚੇ ਸੀ, ਨਾਲ ਹੀ ਸਰਦਾਰ ਸੰਗਤ ਸਿੰਘ ਗਿੱਲ ਜੀ ਦਾ ਫੋਨ ਆ ਗਿਆ ਕਿ ਬਾਬੇ ਦੀ ਮਿਹਰ ਹੋ ਗਈ ਆ। ਇਸ ਕਰਕੇ ਇਹ ਬੜੀ ਵੱਡੀ ਮਤਲਬ ਸਾਡੇ ਲੋਕਾਂ ਦੀ, ਸ਼ਹਿਰ ਨਿਵਾਸੀਆਂ ਦੀ ਜਿੱਤ ਆ। ਅਸੀਂ ਕਰਦੇ ਕੀ ਹਾਂ, ਅੱਖਾਂ ਬੰਦ ਕਰਕੇ ਲੋਕਾਂ ਦੇ ਕਾਗਜ਼ਾਂ ਦੇ ਸਾਈਨ ਕਰਦੇ ਹਾਂ। ਇਹ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰੀ ਕਿਸੇ ਸਰਕਾਰ ਨੇ ਏਡਾ ਗੰਦਾ ਕੰਮ ਕੀਤਾ ਜਿਹੜਾ ਐਮ ਸੀ ਸਸਪੈਂਡ ਕੀਤਾ। ਪਰ ਕੁਦਰਤ ਬੜੀ ਬਿਆਨਤ ਆ, ਦੇਖੋ ਕੁਦਰਤ ਦੇ ਨਜ਼ਾਰੇ, ਦੇਖੋ ਬਾਬੇ ਬੂਟੇ ਭਗਤ ਦੇ ਨਜ਼ਾਰੇ, ਦੇਖੋ ਰੱਬ ਨੇ 2 ਸਾਲ ਪਹਿਲੇ ਹੀ ਇਹਨਾਂ ਦਾ ਜਿਹੜਾ ਰਾਵਣ ਆ ਉਹ ਸਾੜ ਦਿੱਤਾ। ਹਰੇ ਦੁਸਹਿਰੇ ਨੂੰ ਟਾਈਮ ਆ, ਪਰ ਦੇਖੋ ਪ੍ਰਭੂ ਰਾਮ ਦੀ ਨੀਲਾ, ਪ੍ਰਭੂ ਰਾਮ ਨੇ ਪਹਿਲੇ ਹੀ ਰਾਵਣ ਸਾੜ ਦਿੱਤਾ। ਜੇਕਰ ਬਾਬਾ ਬੂਟਾ ਭਗਤ ਜੀ ਦਾ ਜੇਕਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ, ਸਾਡੇ ਕਾਰਜਯੋਗ MLA ਸਾਹਿਬ ਵੱਲੋਂ, ਅਤੇ ਸਾਰੇ ਕੁਝ ਹੋਰ ਲੀਡਰ ਸਾਡੇ ਸ਼ਹਿਰ ਦੇ ਜਿਹੜੇ ਨਵੇਂ ਨਵੇਂ ਝਾੜੂ ਦੇ ਜਿਹਨਾਂ ਪੱਲਾ ਫੜਿਆ, ਜਿਹੜਾ ਅੱਜ ਉਸ ਟਾਲੀ ਦਾ ਕਾਸ, ਉਸ ਟਾਲੀ ਦੇ ਸਾਡਾ MC ਜਿਹੜਾ ਸਸਪੈਂਡ ਕੀਤਾ ਸਰਕਾਰ ਨੇ, ਅੱਜ ਹਾਈਕੋਰਟ ਦੇ ਦੇਸ਼ਾਂ ਨਾਲ ਬਹਾਲ ਹੋਇਆ, ਅਤੇ ਅੱਜ ਅਸੀਂ ਸਾਰੇ ਬਾਬਾ ਬੂਟਾ ਭਗਤ ਮੱਥਾ ਟੇਕਣ ਆਏ ਹਾਂ। ਕਿਉਂਕਿ ਜਿਹੜੀ ਜਾਸਤੀ ਹੁੰਦੀ ਹੈ ਬੜੀ ਮਾੜੀ ਹੁੰਦੀ ਹੈ, ਅਤੇ ਇਸ ਕਰਕੇ ਜਾਸਤੀ ਨਹੀਂ ਕਰਨੀ ਚਾਹੀਦੀ। ਤੁਸੀਂ ਡਿਵੈਲਪਮੈਂਟ ਵਾਲੇ ਪਾਸੇ ਤਾਂ ਜਾਂਦੇ ਨਹੀਂ, ਮੈਂ ਤੁਸੀਂ ਆਪਣੀ ਈਰਖਾ ਹੀ ਕੱਢਣ ਡਿਆ ਹੋ, ਅਤੇ ਈਰਖਾ ਕਿੰਨੇ ਕਿੰਨੇ ਕੱਢੋਗੇ, ਅਗਲੇ ਇਲੈਕਸ਼ਨ ਆ ਜਾਣੇ ਮਿਊਂਸਪੈਲਿਟੀ ਦੇ, ਅਤੇ ਫਿਰ ਤੁਸੀਂ ਕੰਮ ਕਰੋਗੇ, ਤੁਹਾਡੇ ਲੋਕਾਂ ਨੇ ਆਪੇ ਬੰਦੇ ਜਿਤਾ ਦੇਣੇ ਨੇ, ਕੰਮ ਜਿਤਾਉਣ ਵਾਲਾ ਤੁਸੀਂ ਆਪ ਹੀ ਕਰ ਰਹੇ। ਇਸ ਕਰਕੇ ਤੁਹਾਡੀ ਜਿਹੜੀ ਹੈ ਬੁੱਧੀ ਜਿਹੜੀ ਇਹਨੂੰ ਸਹੀ ਕਰੋ, ਡਿਵੈਲਪਮੈਂਟ ਕਰੋ, ਅਤੇ ਲੋਕਾਂ ਨੂੰ ਸ਼ਾਂਤੀ 'ਚ ਰਹਿਣ ਦਿਓ, ਮਾਹੌਲ ਸ਼ਾਂਤੀ ਦਾ ਰੱਖੋ, ਤਾਂ ਕਿ ਅਸੀਂ ਲਾਅ ਐਂਡ ਆਰਡਰ 'ਤੇ ਵੀ ਬੜੇ ਔਖੇ ਹਾਂ।
ਕਮੇਟੀ ਨੂੰ ਕੰਮ ਕਰਨ ਦੇ, ਕਮੇਟੀ ਨੂੰ ਕਰਨ ਦਿਓ ਕੰਮ। ਸਤਿ ਸ਼੍ਰੀ ਅਕਾਲ। ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਦਾ ਬਹੁਤ ਹੀ ਧੰਨਵਾਦੀ ਹਾਂ ਮੈਂ, ਜਿਹਨਾਂ ਨੇ ਮੈਨੂੰ ਬਹਾਲ ਕੀਤਾ। ਸਾਰੇ ਸ਼ਹਿਰ ਦੀਆਂ ਅਤੇ ਸਰਦਾਰ ਸਿੰਘ ਸਿੰਘ ਜੀ ਦੇ ਮੇਰੇ ਦੁਆਵਾਂ ਸੀ, ਇਹਨਾਂ ਨੇ ਮੇਰੇ 'ਤੇ ਬਹੁਤ ਕਿਰਪਾ ਕੀਤੀ ਆ। ਮੇਰੀ ਸਾਡੇ ਸ਼ਹਿਰ ਦੀ ਜਿੱਤ ਹੋਈ, ਮੇਰੀ ਨਹੀਂ ਜਿੱਤ ਹੋਈ, ਸਾਰੇ ਸ਼ਹਿਰ ਦੀ ਜਿੱਤ ਹੋਈ। ਜਿਹੜਾ ਇਹਨਾਂ ਨੇ ਕਿਹਾ ਵੀ ਰੋਂਦਾ, ਮੈਂ ਨਹੀਂ ਰੋਇਆ ਸੀ, ਉਹ ਹੰਝੂ ਇਹ ਰੋਂਦੇ ਹੁਣ ਅੱਜ ਇਹ ਰੋਣਗੇ। ਇਹ ਭਾਜੀ ਇਹ ਰੱਬ ਨੇ ਅੱਜ ਇਹਨਾਂ ਨੂੰ ਰਵਾਤਾ, ਸਾਡਾ ਬੰਦਾ ਤੇ ਰੱਬ ਅੱਗੇ ਅਰਦਾਸ ਕਰਦਾ ਸੀ, ਪਰ ਰੱਬ ਨੇ ਅੱਜ ਇਹਨਾਂ ਨੂੰ ਰਵਾਤਾ ਤੇ ਮੇਰੇ ਹਿਸਾਬ ਨਾਲ ਤੁਸੀਂ ਰੋਂਦੇ ਰਹਿਣਾ। ਜੇ ਅੱਜ ਆਹ ਪਾਰਟੀ ਕੱਲ ਆਹ ਪਾਰਟੀ ਪਰਸੋਂ ਆਹ ਪਾਰਟੀ, ਤੁਹਾਡਾ ਭੋਗ ਪੈ ਗਿਆ। ਸਸਪੈਂਡ ਕੀਤਾ ਸੀ ਅੱਜ ਸੱਚੇ ਦਾ ਬੋਲ ਬਾਲਾ ਤੇ ਝੂਠੇ ਦਾ ਮੂੰਹ ਕਾਲਾ।